ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਜਦੋਂ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ, ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਲੋਕ ਪੱਖੀ ਫੈਸਲੇ ਲੈਣ ਲਈ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ 70 ਸਾਲ ਲੇਟ ਹੋ ਗਏ, ਹੁਣ ਅਵੇਸਲੇ ਹੋਣ ਦਾ ਜਾਂ ਆਰਾਮ ਕਰਨ ਦਾ ਟਾਈਮ ਨਹੀਂ, ਦਿਨ ਰਾਤ ਇੱਕ ਕਰਾਂਗੇ। ਔਰ ਜਿਹੜੇ ਅਸੀਂ ਫੈਸਲੇ ਲੈ ਰਹੇ ਹਾਂ, ਲੋਕ ਖੁਸ਼ੀ ਖੁਸ਼ੀ ਉਹਨਾਂ ਨੂੰ ਪ੍ਰਵਾਨ ਵੀ ਕਰ ਰਹੇ ਨੇ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਜਦੋਂ ਅਸੀਂ ਚੋਣ ਪ੍ਰਚਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਜਾਂ ਸਾਡੀ ਹੋਰ ਲੀਡਰਸ਼ਿਪ, ਤਾਂ ਸਾਡੀ ਗੱਡੀ ਦੇ ਸ਼ੀਸ਼ੇ ਦੇ ਕੋਲ ਆ ਕੇ ਨੌਕ ਕੀਤਾ ਜਾਂਦਾ ਸੀ ਸ਼ੀਸ਼ਾ, ਸ਼ੀਸ਼ਾ ਖੁੱਲ੍ਹਦਾ ਸੀ ਤਾਂ ਬਹੁਤ ਸਾਰੇ ਮੁਲਾਜ਼ਮ ਮਿਲਦੇ ਸੀ ਕਿ ਅਸੀਂ ਕੱਚੇ ਹਾਂ ਜੀ, ਅਸੀਂ 18-18 ਸਾਲ ਤੋਂ ਕੱਚੇ ਹਾਂ ਜੀ, ਸਾਡੇ 'ਤੇ ਤਲਵਾਰ ਲਟਕ ਰਹੀ ਹੈ, ਪਤਾ ਨਹੀਂ ਕਦੋਂ ਕੱਢ ਦੇਣਗੇ ਸਾਨੂੰ। ਅਤੇ ਸਾਥੋਂ ਬਹੁਤ ਵੱਧ ਤਨਖਾਹਾਂ 'ਤੇ ਸਾਈਨ ਕਰਾਏ ਜਾਂਦੇ ਨੇ, ਪਰ ਦਿੱਤੀਆਂ ਸਾਨੂੰ ਬਹੁਤ ਘੱਟ ਤਨਖਾਹਾਂ ਜਾਂਦੀਆਂ ਨੇ, ਬਾਕੀ ਜਿਹੜਾ ਮਾਰਜਨ ਹੈ ਠੇਕੇਦਾਰਾਂ ਦਾ ਜਾਂ ਆਊਟਸੋਰਸਿੰਗ ਕਰਨ ਵਾਲਿਆਂ ਦਾ, ਰੋਣ ਵੀ ਲੱਗ ਜਾਂਦੇ ਸੀ ਉਹ। ਸੋ ਅਸੀਂ ਵਾਅਦਾ ਕੀਤਾ ਸੀ ਚੋਣ ਪ੍ਰਚਾਰ ਦੌਰਾਨ ਕਿ ਅਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਅੱਜ ਜੋ ਮੈਂ ਫੈਸਲਾ ਕਰਨ ਲੱਗੇ ਹਾਂ, ਬਹੁਤ ਇਤਿਹਾਸਿਕ ਹੈ, ਸ਼ਾਇਦ ਹੀ ਦੇਸ਼ ਦੇ ਵਿੱਚ ਕਿਸੇ ਗੌਰਮੈਂਟ ਨੇ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕੀਤਾ ਹੋਵੇ। ਗਰੁੱਪ ਸੀ ਅਤੇ ਗਰੁੱਪ ਡੀ ਦੇ 35,000 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਗਿਆ। ਮੈਂ ਆਪਣੇ ਸਾਰੇ ਅਫਸਰਾਂ ਨਾਲ ਮੀਟਿੰਗ ਕਰ ਲਈ, ਚੀਫ ਸੈਕਟਰੀ ਸਾਹਿਬ ਨੂੰ ਮੈਂ ਨਿਰਦੇਸ਼ ਦੇ ਦਿੱਤੇ ਨੇ ਕਿ ਇਹ ਠੇਕਾ ਪ੍ਰਣਾਲੀ ਅਤੇ ਆਊਟਸੋਰਸਿੰਗ ਤੋਂ ਖਹਿੜਾ ਛਡਾਓ। ਹੈਰਾਨੀ ਦੀ ਗੱਲ ਹੈ ਕਿ ਸਕੂਲ ਜਿਹੜੇ ਨੇ ਸਰਕਾਰੀ, ਉਹ ਟੀਚਰਾਂ ਤੋਂ ਖਾਲੀ ਪਏ ਨੇ। ਉਸ ਸਕੂਲ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਹੈ ਉਹਦੇ ਉੱਤੇ ਜਿਹੜੇ ਐਲੀਜੀਬਲ ਟੀਚਰ ਨੇ ਉਹ ਧਰਨਾ ਦੇ ਰਹੇ ਨੇ ਉਹਦੇ ਉੱਤੇ ਚੜ੍ਹ ਕੇ ਕਿ ਸਾਨੂੰ ਰੱਖ ਲਓ ਜੀ ਨੌਕਰੀ ਕਰਕੇ। ਇਹ ਨਹੀਂ ਹੈ ਕੋਈ ਨਵੀਆਂ ਜੋਬਸ ਕ੍ਰੀਏਟ ਕਰਨੀਆਂ ਨੇ ਅਜੇ, ਉਹ ਵੀ ਕਰਾਂਗੇ, ਪਰ ਪਹਿਲਾਂ ਜੇ ਪੁਰਾਣੀਆਂ ਨੂੰ ਹੀ ਭਰ ਦਈਏ ਤਾਂ ਬਹੁਤ ਸਾਰੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਦੀ ਅੱਗ ਜਿਹੜੀ ਹੈ ਬਣ ਲੱਗੂ, ਉਹਨਾਂ ਦੇ ਘਰਾਂ 'ਚ ਖੁਸ਼ੀਆਂ ਆਉਣਗੀਆਂ। 35,000 ਗਰੁੱਪ ਸੀ ਅਤੇ ਗਰੁੱਪ ਡੀ ਦੇ ਜਿਹੜੇ ਮੁਲਾਜ਼ਮ ਨੇ ਕੱਚੇ, ਉਹਨਾਂ ਨੂੰ ਪੱਕੇ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਮੈਂ ਚੀਫ ਸੈਕਟਰੀ ਸਾਹਿਬ ਨੂੰ ਨਿਰਦੇਸ਼ ਦਿੱਤਾ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇਸ ਕਾਨੂੰਨ ਦਾ ਮਸੌਦਾ ਬਣਾ ਕੇ ਮੈਨੂੰ ਭੇਜੋ ਤਾਂ ਕਿ ਆਪਾਂ ਵਿਧਾਨ ਸਭਾ ਦੇ ਵਿੱਚ ਉਹਨੂੰ ਮਨਜ਼ੂਰ ਕਰਕੇ ਲਾਗੂ ਕਰ ਸਕੀਏ। ਮੈਂ ਨਹੀਂ ਚਾਹੁੰਦਾ ਹੁਣ ਪੰਜਾਬ ਦੇ ਪੁੱਤਾਂ ਦੀਆਂ ਪੱਗਾਂ ਲੈਣ, ਪੱਗਾਂ ਢਹਿਣ, ਧੀਆਂ ਭੈਣਾਂ ਦੀਆਂ ਚੁੰਨੀਆਂ ਲੈਣ, ਇਹ ਲਾਠੀ ਚਾਰਜ, ਇਹ ਪਾਣੀ ਦੀਆਂ ਬਾਛੜਾਂ ਬਹੁਤ ਹੋ ਗਈਆਂ। ਕੋਈ ਐਸਾ ਚੌਂਕ ਨਹੀਂ, ਕੋਈ ਐਸੀ ਟੈਂਕੀ ਨਹੀਂ ਜਿੱਥੇ ਧਰਨਾ ਨਾ ਚੱਲਦਾ ਹੋਵੇ। ਸੋ ਮੈਂ ਇਹ ਵਾਅਦਾ ਕੀਤਾ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਅਤੇ ਸਾਡੇ ਕੋਲ ਹਰੇ ਰੰਗ ਦਾ ਪੈੱਨ ਆ ਗਿਆ ਤਾਂ ਪੰਜਾਬ ਧਰਨਾ ਮੁਕਤ ਹੋ ਜੂਗਾ। ਅਤੇ ਉਸੇ ਸੰਬੰਧ 'ਚ ਫੈਸਲਾ ਲਿਆ ਗਿਆ। ਆਉਣ ਵਾਲੇ ਦਿਨਾਂ 'ਚ ਹੋਰ ਵੀ ਫੈਸਲੇ ਲਏ ਜਾਣਗੇ। ਕੋਈ ਇਹ ਨਾ ਸਮਝੋ ਕਿ ਸਾਡਾ ਨਹੀਂ ਕੀਤਾ ਜੀ, ਸਾਡਾ ਨਹੀਂ ਕੀਤਾ, ਸਾਰਿਆਂ ਦੀ ਵਾਰੀ ਆਊਗੀ ਕਾਨੂੰਨ ਮੁਤਾਬਕ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਜਿਹਨੂੰ ਬਾਅਦ ਦੇ ਵਿੱਚ ਕੋਈ ਜਿਹੜਾ ਚੈਲੇਂਜ ਹੋ ਜਾਵੇ ਜਾਂ ਗਲਤ ਹੋ ਜਾਵੇ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਥ ਦੇ ਰਹੇ ਹੋ ਔਰ ਪਿਆਰ ਦੇ ਰਹੇ ਹੋ। ਗੌਰਮੈਂਟ ਤੁਹਾਡੀ ਹੈ, ਫੈਸਲੇ ਵੀ ਤੁਹਾਡੇ ਹੱਕ 'ਚ ਹੋਣਗੇ। ਹੁਣ ਪੰਜਾਬ ਦੇ ਵਿੱਚ ਨਾ ਕੋਈ ਕੱਚਾ ਘਰ ਰਹੂਗਾ, ਨਾ ਕੋਈ ਕੱਚਾ ਮੁਲਾਜ਼ਮ। ਇਨਕਲਾਬ ਜ਼ਿੰਦਾਬਾਦ।